ਕੈਨੇਡਾ ਵਿੱਚ ਇਸ ਵੇਲੇ ਠੰਡ ਦਾ ਮੌਸਮ ਆ। ਬਹੁਤ ਸਾਰੇ ਕੈਨੇਡਾ ਦੇ ਹਿੱਸਿਆਂ ਦੇ ਵਿੱਚ ਜਿਹੜੀ ਬਰਫ਼ ਆ ਉਹ ਆਮ ਹੁੰਦੀ ਆ, ਸਨੋ ਆਮ ਚੀਜ਼ ਹੁੰਦੀ ਆ। ਬਹੁਤ ਸਾਰੇ ਹਿੱਸਿਆਂ ਦੇ ਵਿੱਚ ਕਦੇ ਕਦੇ ਬਰਫ਼ਬਾਰੀ ਹੁੰਦੀ ਆ। ਕਈ ਲੋਕ ਇਹ ਸਾਰੇ ਕੁਛ ਦੇ ਆਦੀ ਆ, ਖਾਸ ਕਰ ਅਲਬਰਟਾ ਦੇ ਵਿੱਚ ਕੈਲਗਰੀ ਵਰਗੇ ਸ਼ਹਿਰ ਦੇ ਵਿੱਚ, ਜਿੱਥੇ ਜਦੋਂ ਇਹ ਬਰਫ਼ ਜੰਮ ਜਾਂਦੀ ਆ ਤਾਂ ਉਹਦੇ ਤੋਂ ਬਾਅਦ ਬਹੁਤ ਸਾਰੀਆਂ ਐਕਟੀਵਿਟੀ ਜਿੱਦਾਂ ਕਿ ਸਕੇਟਿੰਗ ਜਾਂ ਪੌਂਡ ਹਾਕੀ ਖੇਡਣਾ ਜਾਂ ਜਿਹੜੀ ਹੋਰ ਖੇਡਾਂ ਨੇ ਕੁਛ ਇਸ ਤਰ੍ਹਾਂ ਦੀਆਂ, ਸੀਨਿਕ ਬਾਗ ਦੇ ਲਈ ਜਾਣਾ, ਇਹ ਚੀਜ਼ਾਂ ਆਮ ਤੌਰ ਦੇ ਉੱਤੇ ਹੋ ਜਾਂਦੀਆਂ ਆ। ਹੁਣ ਦੱਸਿਆ ਇਹ ਜਾ ਰਿਹਾ ਕਿ ਇਹ ਚੀਜ਼ਾਂ ਤੁਹਾਡੇ ਲਈ ਖਤਰਨਾਕ ਹੋ ਸਕਦੀਆਂ, ਡੇਂਜਰਸ ਹੋ ਸਕਦੀਆਂ, ਅਤੇ ਜੇ ਤੁਸੀਂ ਇਹਨਾਂ ਦੇ ਲਈ ਤਿਆਰ ਨਹੀਂ ਹੈ ਜਾਂ ਤੁਹਾਨੂੰ ਘੱਟੋ ਘੱਟ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ। ਮੌਸਮ ਤੁਹਾਨੂੰ ਪਤਾ ਹੈ ਕਈ ਵਾਰੀ ਬਹੁਤ ਵੱਖਰਾ ਹੋ ਜਾਂਦਾ, ਕਈ ਵਾਰੀ +15 ਤੱਕ ਚਲਿਆ ਜਾਂਦਾ, ਅਤੇ ਇਹ ਸਾਰਾ ਕੁਛ ਕਿਤੇ ਨਾ ਕਿਤੇ ਜਿਹੜੀ ਆਈਸ ਆ ਉਹਦੇ ਉੱਤੇ ਬਹੁਤ ਇਹਨੂੰ ਖਤਰਨਾਕ ਬਣਾ ਦਿੰਦਾ ਆ। ਜਦੋਂ ਤੁਸੀਂ ਇਸ ਤਰ੍ਹਾਂ ਦੇ ਕੁਛ ਡੈਜੀਗਨੇਟਡ ਸਪੋਟਸ ਦੇ ਉੱਤੇ ਆ ਸਕੇਟ ਕਰਨ ਦੇ ਲਈ, ਜਿੱਥੇ ਤੁਸੀਂ ਸਕੇਟ ਕਰ ਸਕਦੇ ਹਾਂ, ਪਰ ਜੇਕਰ ਤੁਸੀਂ ਹਰ ਥਾਂ ਦੇ ਉੱਤੇ ਇਹ ਵਿੰਟਰ ਐਕਟੀਵਿਟੀਜ਼ ਕਰਨੀਆਂ ਸ਼ੁਰੂ ਕਰ ਦੋਗੇ, ਉਹ ਤੁਹਾਡੇ ਲਈ ਖਤਰਨਾਕ ਹੋ ਸਕਦਾ। ਖਾਸ ਇਹਨਾਂ ਚੀਜ਼ਾਂ ਦਾ ਵਿਚਾਰ ਰੱਖਿਆ ਜਾਵੇ ਜਿਹੜੇ ਸਪੋਟਸ ਡੈਜੀਗਨੇਟ ਕੀਤੇ ਆ ਕਿ ਤੁਸੀਂ ਇੱਥੇ ਹੀ ਸਕੇਟ ਕਰ ਸਕਦੇ ਹਾਂ, ਸਿਰਫ ਉੱਥੇ ਹੀ ਸਕੇਟ ਕਰੋ। ਬਹੁਤ ਸਾਰੇ ਜਿਹੜੇ ਪਾਪੂਲਰ ਸਟੋਨ ਪੌਂਡਸ ਨੇ, ਲੋਕ ਉਹਨਾਂ ਦੇ ਵਿੱਚ ਇਹ ਖੇਡਣਾ ਸ਼ੁਰੂ ਕਰ ਦਿੰਦੇ ਆ, ਉੱਥੇ ਬਿਲਕੁਲ ਵੀ ਖੇਡਣਾ ਨਹੀਂ ਚਾਹੀਦਾ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂ ਕਿ ਸਾਲ ਦੇ ਕਿਸੇ ਵੀ ਸਮੇਂ ਦੇ ਵਿੱਚ ਜਿਹੜੇ ਸਟੋਨ ਪੌਂਡਸ ਨੇ ਉਹਨਾਂ ਉੱਤੇ ਜਾਣਾ ਅਲਾਊਡ ਨਹੀਂ ਹੁੰਦਾ। ਕੁਛ ਲੋਕ ਜਿਹੜੇ ਇਹ ਸੋਚਦੇ ਆ ਕਿ ਹੁਣ ਥੋੜ੍ਹੀ ਜਿਹੀ ਇਹਨੂੰ ਬਰਫ਼ ਨੂੰ ਪਰੇ ਕਰ ਲਿਆ, ਠੀਕ ਠਾਕ ਆ, ਅਤੇ ਇੱਥੇ ਅਸੀਂ ਸਕੇਟ ਕਰ ਲਈਏ ਜਾਂ ਇੱਥੇ ਅਸੀਂ ਤੁਰ ਲਈਏ ਥੋੜ੍ਹਾ ਜਿਹਾ, ਪਰ ਉਹ ਕਹਿੰਦੇ ਇਹ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਕਿ ਪਹਿਲਾਂ ਕੋਈ ਨਾ ਕੋਈ ਉੱਥੇ ਤੁਰ ਕੇ ਗਿਆ ਹੁੰਦਾ, ਲੋਕ ਤਾਂ ਉੱਥੇ ਤੁਰਨ ਲੱਗ ਜਾਂਦੇ। ਉਹ ਕਹਿੰਦੇ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। ਕੈਨੇਡੀਅਨ ਰੈੱਡ ਕਰੋਸ ਦੇ ਅਨੁਸਾਰ ਜਿਹੜੀ ਇਹ ਬਰਫ਼ ਦੀ ਤਹਿ ਆ, ਇਹ ਘੱਟੋ ਘੱਟ 15 ਸੈਂਟੀਮੀਟਰ ਮੋਟੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਹਦੇ 'ਤੇ ਤੁਰਨਾ ਆ। ਉਹਦੇ ਤੋਂ ਬਿਨਾਂ ਜੇਕਰ 15 ਸੈਂਟੀਮੀਟਰ ਤੋਂ ਮੋਟੀ ਬਰਫ਼ ਨਹੀਂ ਪਈ ਤਾਂ ਉਹਦੇ 'ਤੇ ਤੁਰਨਾ ਬਹੁਤ ਖਤਰਨਾਕ ਹੋ ਸਕਦਾ। ਔਰ ਜੇ ਕੁਛ ਲੋਕ ਜਿਹੜੇ ਆ ਉਹਦੇ ਤੁਰਨਾ ਜਾਂ ਤੁਸੀਂ ਸਕੇਟ ਕਰਨਾ, ਇੱਕੋ ਹੀ ਗੱਲ ਆ। ਜੇ ਤੁਸੀਂ ਉਹਦੇ ਉੱਤੇ ਜਿਹੜਾ ਕੋਈ ਨਾ ਕੋਈ ਬਹੁਤ ਸਾਰਾ ਇੱਕ ਝੁੰਡ ਲੋਕਾਂ ਦਾ ਉੱਥੇ ਜਾਣਾ ਆ ਤਾਂ ਉਹਦੇ ਲਈ 25 ਸੈਂਟੀਮੀਟਰ ਇਹਦੀ ਥਿਕਨੈਸ ਚਾਹੀਦੀ ਹੈ ਤਾਂ ਤੁਸੀਂ ਉੱਥੇ ਗਰੁੱਪ ਦੇ ਵਿੱਚ ਜਾ ਸਕਦੇ ਹਾਂ। ਜੇ ਉਹਦਾ ਤਰੀਕਾ ਕਹਿੰਦੇ ਇਹੀ ਆ ਕਿ ਇਹਦੇ ਵੱਲ ਤੁਸੀਂ ਬਰਫ਼ ਵੱਲ ਦੇਖੋ, ਜਿਹੜੀ ਸਟਰੋਂਗ ਆਈਸ ਆ ਬਹੁਤ ਮਜ਼ਬੂਤ ਆ, ਉਹਦਾ ਰੰਗ ਜਾਂ ਤਾਂ ਬਲੂ ਹੁੰਦਾ ਅਤੇ ਜਾਂ ਬਲੈਕ ਹੁੰਦਾ। ਇਸ ਰੰਗ ਦੀ ਬਰਫ਼ ਜ਼ਿਆਦਾ ਸਖਤ ਹੁੰਦੀ ਹੈ, ਇੱਥੇ ਜ਼ਿਆਦਾ ਚਾਂਸ ਹੁੰਦੇ ਆ ਕਿ ਕੋਈ ਦੁਰਘਟਨਾ ਨਹੀਂ ਵਾਪਰੂਗੀ। ਫਿਰ ਵੀ ਜੇਕਰ ਤੁਹਾਨੂੰ ਇਹ ਪਤਾ ਕਰਨਾ ਹੈ ਤੁਸੀਂ ਕਿ ਸੇਫਲੀ ਤੁਸੀਂ ਸਕੇਟ ਕਿੱਥੇ ਕਰ ਸਕਦੇ ਹਾਂ ਇਸ ਵਿੰਟਰ ਦੇ ਵਿੱਚ, ਤਾਂ ਸਿਟੀ ਦੀ ਵੈਬਸਾਈਟ ਆ, ਉਹਦੇ 'ਤੇ ਸਕੇਟਿੰਗ ਰਿੰਕਸ ਦੀ ਲਿਸਟ ਆ ਜਾਂ ਉਹਨਾਂ ਸਪੋਟਸ ਦੀ ਲਿਸਟ ਆ, ਉੱਥੇ ਜਾ ਕੇ ਤੁਸੀਂ ਇਹਦੇ ਬਾਰੇ ਪਤਾ ਕਰ ਸਕਦੇ ਹੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।